ਤੋਂ ਫਰਸਰ ਲਿਆ ਰਹੇ ਸੀਗੇ ਕੀ ਬੱਚਿਆ ਜੀ ਵਿੱਚ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਜੀ ਕੀ ਸਰ ਮਰੂਤੀ ਕਾਰ ਵਾਲੇ ਹੈਗੇ ਸੀ ਸਰਦਾਰ ਅਮਰਜੀਤ ਸਿੰਘ ਪਿੰਡ ਘੰਬਿਆਰੇ ਤੋਂ ਉਹ ਜਾ ਰਹੇ ਸੀ ਆਪਦੇ ਫਕਰਸਰ ਪਿੰਡ ਨੂੰ ਉਹਨਾਂ ਤੋਂ ਅੱਗੇ ਇੱਕ ਜਾ ਰਿਹਾ ਸੀ ਟੈਂਪੂ ਉਹ ਚਲਾ ਰਹੇ ਸੀ ਗੁਰਚਰਨ ਸਿੰਘ ਸਨ ਆਫ ਰੂਪ ਸਿੰਘ ਫਕਰਸਰ ਦੇ ਜੀ ਇਹਨਾਂ ਦੇ ਵੱਜਣ ਦੇ ਨਾਲ ਜਿਹੜਾ ਆਪਣਾ ਅਮਰਜੀਤ ਸਿੰਘ ਆ ਵਾਸੀ ਘੰਬਿਆਰਾ ਇਹਨਾਂ ਦੀ ਮੌਤ ਹੋ ਗਈ ਆ ਇੱਕ ਬੀਬੀ ਆ ਹਰਦੀਪ ਕੌਰ ਵਾਈਫ ਆਫ ਰਾਜ ਸਿੰਘ ਉਹਨਾਂ ਦੀ ਮੌਤ ਹੋ ਗਈ ਆ ਜਿਹੜੇ ਕਾਰ ਚਾਲਕ ਸੀ ਉਹਨਾਂ ਦੀ ਮੌਤ ਹੋ ਗਈ ਹੈ ਟੈਂਪੂ ਦੇ 5 ਸਵਾਰੀਆਂ ਟੋਟਲ ਬੈਠੀਆਂ ਉਹਨਾਂ ਤੋਂ ਇੱਕ ਦੀ ਮੌਤ ਹੋ ਗਈ ਆ ਅਤੇ ਬਾਕੀ ਜਿਹੜੇ 4 ਜ਼ਖਮੀ ਆ ਜਿਨ੍ਹਾਂ ਨੂੰ ਸਿਵਲ ਹਸਪਤਾਲ ਗਿੱਦੜਵਾਲ ਲਿਆਂਦਾ ਗਿਆ ਇੱਕ ਨੂੰ ਇਹਨਾਂ ਵਿੱਚੋਂ ਏਮਜ ਹਸਪਤਾਲ ਜਿਹੜਾ ਉਹ ਰੈਫਰ ਕਰਤਾ ਬਾਕੀ ਤਿੰਨਾਂ ਦਾ ਇਲਾਜ ਚੱਲ ਰਿਹਾ ਕਾਰਨ ਲੱਗਿਆ ਸਰ ਹਾਦਸੇ ਦਾ ਪਤਾ ਕਿਵੇਂ ਹੋਇਆ ਇਹ ਤਬਦੀਸ਼ ਚੱਲ ਰਹੀ ਹੈ ਜੀ ਟੈਂਪੂ ਵਾਲੇ ਵਿੱਚੋਂ ਮਗਰੋਂ ਵੱਜਾ ਕੇ ਜਾਂ ਕਾਰ ਮਗਰੋਂ ਵੱਜੀ ਇਹ ਤਬਦੀਸ਼ ਚੱਲ ਕੇ ਉਹਦੇ ਬਾਅਦ ਚ ਕਾਰ ਇਹ ਜ਼ਖਮੀ ਨੇ ਸਰ ਕਿਵੇਂ ਨੇ ਜ਼ਖਮੀ ਠੀਕ ਨੇ ਜੀ ਆਪਾਂ ਹਸਪਿਟਲ ਹੀ ਆਏ ਇੱਥੇ ਇੱਕ ਨੂੰ ਏਮਜ ਹਸਪਿਟਲ ਰੈਫਰ ਕੀਤਾ ਗਿਆ ਬਾਕੀ ਤਿੰਨਾਂ ਇਲਾਜ ਚੱਲ ਰਹੇ ਜੀ ਸਰ ਇੱਥੇ ਐਕਸੀਡੈਂਟ ਕਾਫੀ ਹੁੰਦੇ ਜੀ ਕੀ ਕਾਰਨ ਹੈ ਜੀ ਇਹੀ ਹੱਬ ਆ ਜੀ ਐਕਸੀਡੈਂਟਾਂ ਦਾ ਇਹ ਤਾਂ ਜੀ ਸੜਕਾਂ ਜਿਹੜੀਆਂ ਕਾਰਨ ਕਰਕੇ ਜਾਂ ਲੋਕਾਂ ਦਾ ਚਲਾਉਣ ਜਾਂ ਇਹਦੇ ਬਾਰੇ ਕੀ ਕਹਿ ਸਕਦੇ ਬਾਕੀ ਲੋਕਾਂ ਨੂੰ ਅਸੀਂ ਅਵੇਅਰ ਆਪਦੇ ਮਾਧਿਅਮ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਜਿੰਨੀ ਸਪੀਡ ਗੱਡੀ ਦੀ ਲਿਮਟ ਨਾਲ ਚਲਾਓ ਜਿਵੇਂ ਰਾਤ ਨੂੰ ਗੱਡੀਆਂ 'ਤੇ ਡਿੱਪਰ ਮਾਰਨੀ ਚਾਹੀਦੀ ਆ ਜਾਂ ਜਿਸ ਤਰ੍ਹਾਂ ਦੀਆਂ ਉਹ ਮਤਲਬ ਲਿਮਟ ਦੇ ਨਾਲ ਜਿਹੜੀ ਗੱਡੀ ਦੀ ਸਪੀਡ ਕਰਾਉਣੀ ਚਾਹੀਦੀ ਆ ਠੀਕ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਜੀ ਕੀ ਸਰ ਮਰੂਤੀ ਕਾਰ ਵਾਲੇ ਹੈਗੇ ਸੀ ਸਰਦਾਰ ਅਮਰਜੀਤ ਸਿੰਘ ਪਿੰਡ ਘੰਬਿਆਰੇ ਤੋਂ ਉਹ ਜਾ ਰਹੇ ਸੀ ਆਪਦੇ ਫਕਰਸਰ ਪਿੰਡ ਨੂੰ ਉਹਨਾਂ ਤੋਂ ਅੱਗੇ ਇੱਕ ਜਾ ਰਿਹਾ ਸੀ ਟੈਂਪੂ ਉਹ ਚਲਾ ਰਹੇ ਸੀ ਗੁਰਚਰਨ ਸਿੰਘ ਸਨ ਆਫ ਰੂਪ ਸਿੰਘ ਫਕਰਸਰ ਦੇ ਜੀ ਇਹਨਾਂ ਦੇ ਵੱਜਣ ਦੇ ਨਾਲ ਜਿਹੜਾ ਆਪਣਾ ਅਮਰਜੀਤ ਸਿੰਘ ਆ ਵਾਸੀ ਘੰਬਿਆਰਾ ਇਹਨਾਂ ਦੀ ਮੌਤ ਹੋ ਗਈ ਆ ਇੱਕ ਬੀਬੀ ਆ ਹਰਦੀਪ ਕੌਰ ਵਾਈਫ ਆਫ ਰਾਜ ਸਿੰਘ ਉਹਨਾਂ ਦੀ ਮੌਤ ਹੋ ਗਈ ਆ ਜਿਹੜੇ ਕਾਰ ਚਾਲਕ ਸੀ ਉਹਨਾਂ ਦੀ ਮੌਤ ਹੋ ਗਈ ਆ ਟੈਂਪੂ ਦੇ 5 ਸਵਾਰੀਆਂ ਟੋਟਲ ਬੈਠੀਆਂ ਉਹਨਾਂ ਤੋਂ ਇੱਕ ਦੀ ਮੌਤ ਹੋ ਗਈ ਆ ਅਤੇ ਬਾਕੀ ਜਿਹੜੇ 4 ਜ਼ਖਮੀ ਆ ਜਿਨ੍ਹਾਂ ਨੂੰ ਸਿਵਲ ਹਸਪਤਾਲ ਗਿੱਦੜਵਾਲ ਲਿਆਂਦਾ ਗਿਆ ਇੱਕ ਨੂੰ ਇਹਨਾਂ ਵਿੱਚੋਂ ਏਮਜ ਹਸਪਤਾਲ ਜਿਹੜਾ ਉਹ ਰੈਫਰ ਕਰਤਾ ਬਾਕੀ ਤਿੰਨਾਂ ਦਾ ਇਲਾਜ ਚੱਲ ਰਿਹਾ ਕਾਰਨ ਲੱਗਿਆ ਸਰ ਹਾਦਸੇ ਦਾ ਪਤਾ ਕਿਵੇਂ ਹੋਇਆ ਇਹ ਤਬਦੀਸ਼ ਚੱਲ ਰਹੀ ਹੈ ਜੀ ਟੈਂਪੂ ਵਾਲੇ ਵਿੱਚੋਂ ਮਗਰੋਂ ਵੱਜਾ ਕੇ ਜਾਂ ਕਾਰ ਮਗਰੋਂ ਵੱਜੀ ਇਹ ਤਬਦੀਸ਼ ਚੱਲ ਕੇ ਉਹਦੇ ਬਾਅਦ ਕਰ ਇਹ ਜ਼ਖਮੀ ਨੇ ਸਰ ਕਿਵੇਂ ਨੇ ਜ਼ਖਮੀ ਠੀਕ ਨੇ ਜੀ ਆਪਾਂ ਹਸਪਿਟਲ ਹੀ ਆਏ ਇੱਥੇ ਇੱਕ ਨੂੰ ਏਮਜ ਹਸਪਿਟਲ ਰੈਫਰ ਕੀਤਾ ਗਿਆ ਬਾਕੀ ਤਿੰਨਾਂ ਇਲਾਜ ਚੱਲ ਰਹੇ ਸਰ ਇੱਥੇ ਐਕਸੀਡੈਂਟ ਕਾਫੀ ਹੁੰਦੇ ਜੀ ਕੀ ਕਾਰਨ ਹੈ ਜੀ ਇਹੀ ਹੱਬ ਆ ਜੀ ਐਕਸੀਡੈਂਟਾਂ ਦਾ ਇਹ ਤਾਂ ਜੀ ਸੜਕਾਂ ਜਿਹੜੀਆਂ ਕਾਰਨ ਕਰਕੇ ਜਾਂ ਲੋਕਾਂ ਦਾ ਚਲਾਉਣ ਜਾਂ ਇਹਦੇ ਬਾਰੇ ਕੀ ਕਹਿ ਸਕਦੇ ਬਾਕੀ ਲੋਕਾਂ ਨੂੰ ਅਸੀਂ ਅਵੇਅਰ ਆਪਦੇ ਮਾਧਿਅਮ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਜਿੰਨੀ ਸਪੀਡ ਗੱਡੀ ਦੀ ਲਿਮਟ ਨਾਲ ਚਲਾਓ ਜਿਵੇਂ ਰਾਤ ਨੂੰ ਗੱਡੀਆਂ 'ਤੇ ਡਿੱਪਰ ਮਾਰਨੀ ਚਾਹੀਦੀ ਆ ਜਾਂ ਜਿਸ ਤਰ੍ਹਾਂ ਦੀਆਂ ਉਹ ਮਤਲਬ ਲਿਮਟ ਦੇ ਨਾਲ ਜਿਹੜੀ ਗੱਡੀ ਦੀ ਸਪੀਡ ਕਰਾਉਣੀ ਚਾਹੀਦੀ ਹੈ ਠੀਕ